ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਅੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਫਿਰ ਅੱਜ ਗੱਲ ਕਰਾਂਗੇ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਬਾਰੇ ਅਸੀਂ ਹਰ ਇੱਕ ਦਿਨ ਹਰ ਰੋਜ਼ ਇੱਕ ਵੀਡੀਓ ਸੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਜ਼ਰੂਰ ਬਣਾਉਂਦੇ ਆ ਕਿਉਂਕਿ ਇਹ ਜਿਹੜਾ ਹੁਣ ਟਾਈਮ ਹੈ ਸਟੱਡੀ ਦਾ ਆਸਟ੍ਰੇਲੀਆ ਵਾਸਤੇ ਬਹੁਤ ਵਧੀਆ ਹੈਗਾ ਖਾਸ ਕਰਕੇ ਉਹ ਨਾ ਸਟੂਡੈਂਟਸ ਲਈ ਜਿਹੜੇ ਵਧੀਆ ਨੰਬਰ ਨਹੀਂ ਲੈ ਸਕਦੇ ਵਧੀਆ ਆਇਲਟਸ ਸਕੋਰ ਨਹੀਂ ਲੈ ਸਕਦੇ ਬਾਰ ਬਾਰ ਆਇਲਟਸ ਕਰਨ ਤੋਂ ਬਾਅਦ ਵੀ 5.5 ਬੈਂਡ ਓਵਰਾਲ ਤੇ ਤੁਸੀਂ ਕਿਸੇ ਨਾ ਕਿਤੇ ਟਿਕ ਜਾਂਦੇ ਹੋ ਉਸ ਤੋਂ ਤੁਹਾਡੇ ਵਾਸਤੇ ਇਹ ਵੀਡੀਓ ਬਹੁਤ ਵਧੀਆ ਹੋਣ ਵਾਲੀ ਹੈ ਕਿਉਂਕਿ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਇਸ ਟਾਈਮ ਜਿਹੜਾ ਹੈਗਾ ਤੁਸੀਂ ਮਿਨੀਮਮ ਰਿਕੁਆਇਰਮੈਂਟ ਤੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਕੀ ਰਿਕੁਆਇਰਮੈਂਟ ਹੈ ਤੁਸੀਂ ਪਲੱਸ 2 ਹੋਣੇ ਚਾਹੀਦੇ ਹੋ ਤੁਸੀਂ 2019-21-22 ਵਿੱਚ ਬਲੱਸ ਟੂ ਪਾਸ ਕੀਤੀ ਹੋਵੇ ਤੁਹਾਡੇ 55% ਨੰਬਰ ਹੋਣੇ ਚਾਹੀਦੇ ਨੇ ਤੇ ਤੁਹਾਡੇ 5.5 ਬੈਂਡ ਓਵਰ ਆਲ 5.5 1 ਜਾਂ 2 ਮੋਡੀਕਲ ਦੇ ਵਿੱਚ ਤੁਹਾਡੇ 5 ਬੈਂਡ ਵੀ ਹੋਣ ਤਾਂ ਵੀ ਕੋਈ ਚੱਕਰ ਨਹੀਂ ਤਦ ਵੀ ਤੁਸੀਂ ਆਪ ਦਾ ਜਿਹੜਾ ਵੀਜ਼ਾ ਉਹ ਅਪਲਾਈ ਕਰ ਸਕਦੇ ਹੋ ਔਰ ਦੋਸਤੋ ਇਸ ਟਾਈਮ ਬਹੁਤ ਵਧੀਆ ਜਿਹੜਾ ਹੈਗਾ ਸਮਾਂ ਹੈਗਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਦਾ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ ਪਿਛਲੇ 2 ਸਾਲਾਂ ਤੋਂ ਆਸਟ੍ਰੇਲੀਆ ਕੋਈ ਵੀ ਸਟੂਡੈਂਟ ਜਿਹੜਾ ਕੋਰੋਨਾ ਕਰਕੇ ਨਹੀਂ ਜਾ ਪਾਇਆ ਸੋ ਜਿਹੜੇ ਆਸਟ੍ਰੇਲੀਆ ਦੇ ਕਾਲਜ ਨੇ ਯੂਨੀਵਰਸਿਟੀ ਨੇ ਉਹ ਖਾਲੀ ਹੋਣ ਦੀ ਕਾਗਾਰ ਦੇ ਨੇ ਕਿਉਂਕਿ ਬੱਚੇ ਆਪ ਦਾ ਡਿਪਲੋਮਾ ਡਿਗਰੀ ਪਾਸ ਆਊਟ ਕਰਕੇ ਨਿਕਲਣ ਵਾਲੇ ਬਣ ਗਏ ਨੇ ਜਾਂ ਨਿਕਲ ਚੁੱਕੇ ਨੇ ਸੋ ਯੂਨੀਵਰਸਟੀਆਂ ਦਾ ਕਾਲਜਸ ਦਾ ਬਹੁਤ ਵੱਡਾ ਪ੍ਰੈਸ਼ਰ ਹੈਗਾ ਗਵਰਨਮੈਂਟ ਦੇ ਕੇ ਸਾਨੂੰ ਸਟੂਡੈਂਟ ਜਿਹੜੇ ਹੈਗੇ ਮੌਕੇ ਰਾਏ ਜਾਣ ਔਰ ਇੰਡੀਆ ਜਿਹੜੀ ਹੈਗੀ ਆ ਉਹ ਸਭ ਤੋਂ ਵਧੀਆ ਪਲੇਸ ਹੈਗੀ ਆ ਸਟੂਡੈਂਟ ਵਾਸਤੇ ਸਭ ਤੋਂ ਵਧੀਆ ਥਾਂ ਹੈਗੀ ਹੈ ਕਿਉਂਕਿ ਚਾਈਨਾ ਨਾਲ ਆਸਟ੍ਰੇਲੀਆ ਦੇ ਸਬੰਧ ਇਸ ਟਵੈਲੇ ਕੋਈ ਖਾਸ ਵਧੀਆ ਨਹੀਂ ਹੈਗੇ ਇਸ ਚੀਜ਼ ਦਾ ਫਾਇਦਾ ਜਿਹੜਾ ਇੰਡੀਆ ਨੂੰ ਹੋਣ ਵਾਲਾ ਇੰਡੀਆ ਦੇ ਸਟੂਡੈਂਟਸ ਨੂੰ ਇਸ ਚੀਜ਼ ਦਾ ਫਾਇਦਾ ਹੋਣ ਵਾਲਾ ਹੈਗਾ ਸੋ ਆਸਟ੍ਰੇਲੀਆ ਨੂੰ ਠੀਕ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਸਟੂਡੈਂਟਸ ਦੀ ਲੋਡ ਹੈਗੀ ਹੈ ਕਿਉਂਕਿ ਹਰੇਕ ਸਾਲ ਪਹਿਲਾਂ 30 ਤੋਂ 40 ਹਜ਼ਾਰ ਤੀ ਤੋਂ 50 ਹਜ਼ਾਰ ਦਾ ਸਕਰੀਪਟ ਹਰ ਇੱਕ ਸਾਲ ਆਸਟ੍ਰੇਲੀਆ ਮਾਈਗ੍ਰੇਟ ਹੁੰਦਾ ਸੀਗਾ ਆਸਟ੍ਰੇਲੀਆ ਜਾਂਦਾ ਸੀਗਾ ਤੁਸੀਂ ਦੇਖ ਲਓ ਕਿ ਪਿਛਲੇ ਹੁਣ 2 ਸਾਲਾਂ ਤੋਂ ਨਹੀਂ ਜਾ ਪਾਇਆ ਠੀਕ ਹੈ ਸੋ ਕਿੰਨੇ ਸਟੂਡੈਂਟ ਦੀ ਲੋੜ ਹੈ ਬਹੁਤ ਜ਼ਿਆਦਾ ਸੋ ਜਿਹੜੇ ਬੱਚੇ ਹੁਣ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ ਯੂਕੇ ਤੋਂ ਰਿਫਿਊਜ਼ ਹੋ ਚੁੱਕੇ ਨੇ ਜਾਂ ਜਿਨ੍ਹਾਂ ਦਾ ਲੋ ਬੈਂਡ ਸਕੋਰ ਹੈਗਾ ਪਰਸੈਂਟੇਜ ਚੰਗੀ ਨਹੀਂ ਲਿਆ ਜਾ ਸਕੀਏ ਤੋਂ ਸਭ ਤੋਂ ਵੱਧ ਚਾਂਸਸ ਤੁਹਾਡੇ ਇਸ ਟਾਈਮ ਜਿਹੜੇ ਹੈਗੇ ਨੇ ਆਸਟ੍ਰੇਲੀਆ ਦੇ ਵਿੱਚ ਨੇ ਔਰ ਆਸਟ੍ਰੇਲੀਆ ਗਵਰਨਮੈਂਟ ਵੀ ਇਸ ਟਾਈਮ ਪੂਰੀ ਤਰ੍ਹਾਂ ਤਿਆਰ ਹੈਗੀ ਹੈ ਬੱਚਿਆਂ ਨੂੰ ਲੈਣ ਵਾਸਤੇ ਸਟੂਡੈਂਟ ਨੂੰ ਬੁਲਾਉਣ ਵਾਸਤੇ ਕਿਉਂਕਿ ਪਿੱਛੇ ਗਵਰਨਮੈਂਟ ਦੀ ਸਟੇਟਮੈਂਟ ਸੀ ਕਿ ਅਸੀਂ ਮੈਜੋਰਟੀ ਸਟੂਡੈਂਟ ਜਿਹੜਾ ਹੈਗਾ ਇੰਡੀਆ ਤੋਂ ਖੋ ਦਿੱਤਾ ਹੈ ਜਿਹੜੇ ਸਟੂਡੈਂਟਸ ਨੇ ਆਸਟ੍ਰੇਲੀਆ ਆਣਾ ਸੀਗਾ ਉਹ ਨਾਣ ਕਰਕੇ ਬਾਰਡਰ ਬੰਦ ਹੋਣ ਕਰਕੇ ਕਿਤਨਾ ਕਿਤੇ ਹੋਰ ਸ਼ਿਫਟ ਹੋ ਗਿਆ ਕੈਨੇਡਾ ਚਲੇ ਗਿਆ ਯੂਕੇ ਚਲੇ ਗਿਆ ਹੋਰ ਕੰਟਰੀਆਂ ਦੇ ਵਿੱਚ ਜਾ ਚੁੱਕੇ ਨੇ ਸੋ ਜਿਹੜੇ ਹੁਣ ਸਟੂਡੈਂਟ ਬਚੇ ਨੇ ਉਹ ਮੈਕਸਿਮਮ ਸਟੂਡੈਂਟ ਨੂੰ ਹੁਣ ਖਿੱਚਣ ਦੀ ਕੋਸ਼ਿਸ਼ ਕਰਨਗੇ ਆਪਣਾ 2 ਸਾਲ ਦਾ ਘਾਟਾ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ ਇਸ ਚੀਜ਼ ਦਾ ਫਾਇਦਾ ਤੁਸੀਂ ਦੋਸਤੋ ਚੱਕ ਸਕਦੇ ਹੋ ਇੱਕ ਵਾਰ ਮੈਂ ਫਿਰ ਰਿਪੀਟ ਕਰਨਾ ਚਾਹੁੰਦਾ ਜੇਕਰ ਤੁਹਾਡੇ 5.5 ਬੈਂਡ ਨੇ ਓਵਰঅল ਸਾਡੇ 85% ਨੇ 1 ਜਾਂ 2 ਮੋਡਿਊਲ ਦੇ ਤੁਹਾਡੇ 5 ਬੈਂਡ ਨੇ ਚੱਲਣਗੇ ਤੁਹਾਡੇ 52% ਬੈਂਡ ਨੰਬਰ ਨੇ ਚੱਲਣਗੇ ਤੁਸੀਂ 2019 20 ਕੀ ਪਾਸ ਆਉਂਟੂ ਚੱਲੂਗੀ ਸੋ ਤੁਹਾਡੇ ਵਾਸਤੇ ਬੈਸਟ ਮੌਕਾ ਹੈ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਉਹ ਵੀ ਬਿਨਾ ਕਿਸੇ ਰਿਸਕ ਤੋਂ ਕਿਉਂਕਿ ਸਾਡੀ ਕੰਪਨੀ ਸਾਰੇ ਦੇ ਸਾਰੇ ਪੈਸੇ ਲੈ ਰਹੀ ਹੈ ਵੀਜ਼ਾ ਲੱਗਣ ਤੋਂ ਬਾਅਦ ਸੋ ਤੁਹਾਡਾ ਕੋਈ ਰਿਸਕ ਨਹੀਂ ਕੋਈ ਤੁਹਾਡੀ ਟੈਨਸ਼ਨ ਨਹੀਂ ਸੋ ਤੁਸੀਂ ਸਾਰੇ ਪੈਸੇ ਉਦੋਂ ਦੇਣੇ ਹੈਗੇ ਨੇ ਜਦੋਂ ਤੁਹਾਡਾ ਵੀਜ਼ਾ ਲੱਗ ਕੇ ਤੁਹਾਡੇ ਹੱਥ ਦੇ ਵਿੱਚ ਆ ਜਾਏਗਾ ਸੋ ਦੋਸਤੋ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਮੈਨੂੰ ਮਿਲਣਾ ਚਾਹੁੰਦੇ ਹੋ ਤੁਸੀਂ ਸਕਰੀਨ ਦੇ ਉੱਤੇ ਨੰਬਰਾਂ ਤੇ ਕਾਲ ਕਰਕੇ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਅਪਾਇੰਟਮੈਂਟ ਬਣਾ ਕੇ ਮੈਨੂੰ ਮਿਲ ਸਕਦੇ ਹੋ ਬਹੁਤ ਧੰਨਵਾਦ